प्यारे बच्चों, आज हम मश्क नंबर 22 पढ़ेंगे। अच्छा मेरी गल सुनो, आओ तुसी बदमाशी छट के ना हां ते चूड़ियां पा के किसे दा घर वसाओ ते डॉक्टर को जाके वेले वाले पता करो कि किनवा महीना है। अठवां केड़ा महीना? आराम नाल ख्याल करो, शरादी इधराई किधर है? शरादी किने फोन किते ने? मैडम नु भी किसे ने दस वन बाय वन शरादी किने फोन किते ने? की होया असि रात नु फोन बंद कर दी? और तेरी भैन दे यार फिर मेरे घर आके बैठे ने। आज उधर चले गए? आठ दी आठ मेरे कार ते कब्जा करके बैठे ने। आज शहजादी तू फिक्र ना कर रे, आज तो बाद तू जाने नहीं, इत्थे रहना है। इत्थे? हां ना असी कत्ल करा के सवाल ही नहीं पैदा सकदा कि मैं इत्थे रहवा क्यों? होया की? होया की है? हां ओ कहंदे ने असी ये कार नहीं छड़ना। शहजादी ये ना छड़ना, असी छुड़वावांगे, कत्ल कर देंगे इंज। बेटे उधर चला जा, तीन नंबर ते आ रही शालीमार। छे बसां सत भैणा अपनियां सा ट्रांसपोर्टर मेरा पहलवान पहले केले वेचदा सी। एक बंदा कहंदा किन्ने दा केला? कहंदा 2 रुपए दा। ओ कहंदा 1.5 दा देना। कहंदा ला पौने 2 दा ते मैनूं पिछों पैंदा। जी हां सा खुड च निकलिया जे खुड च उदो निकला जो पानी पवे। सारे बदला लैन आके भुआन घर वड़ गया, घरों ही निकलिया। वो ते भुआन दी अम्मी 3 घंटे नची तां जाके जान चुकी आ। अपनी बुड्डी नूं कहिंदा मैं तेरे लई जुत्ती लिया। इहदी बुड्डी कहिंदी शुक्र है मैं राती उत्थे ही भुल गई सां। निकल जा तेरा निकाह नहीं अपने घर गया। पुत्र की गल आ? मोल भी कहिंदा कलमे किन्ने? तू कह देना 6। कहिंदा लै मैं 50 के तद नहीं मन्निया। ਰਹਿਣ ਦੇ ਕੋਈ ਨਹੀਂ ਸ਼ਦਾਦਾ, ਨਹੀਂ ਨਹੀਂ ਭਲਵਾਨ ਸ਼ਦਾਦਾ ਆਦਮੀ ਹੈ। ਰਹਿਣ ਦੇ ਤੂੰ ਓਏ
ਸ਼ਰਾਦਾ ਭਲਵਾਨ ਉਹ ਜਾਣਦੇ ਹੋ ਤੂੰ ਜਿਹੋ ਜਿਹਾ ਤੇਰਾ ਮੂੰਹ ਜਾ ਕੇ ਸਟੇਸ਼ਨ ਤੇ ਮੂੰਗਫਲੀ ਵੇਚ ਕਿਵੇਂ ਤੂੰ ਹਰ ਗੱਲ ਜੀ ਭਲਵਾਨ ਸ਼ਰਾਦਾ ਭਲਵਾਨ ਆਪਣਾ ਸ਼ਰਾਦਾ ਭਲਵਾਨ ਜੀ ਛੱਡੋ ਤੁਸੀਂ ਵੀ ਨਾਲ ਕੁੱਤੇ ਹੀ ਹੋ ਜਾਂਦੇ ਭਲਵਾਨ ਦੱਸੋ ਘੁਲਦਾ ਵੀ ਰਿਹਾ ਹਾਂ ਜੀ ਪਠਾਨ ਨਾ ਕੁਛ ਦੇਖਦਾ ਮੂੰਹ ਦੇਖਦਾ ਗੌਰ ਨਾਲ ਇਹੋ ਜਿਹੇ ਸੁਨਿਆਰਿਆਂ ਕੋ ਦੀਵੇ ਹੁੰਦੇ ਨੇ ਮੈਂ ਦੀਵੇ ਹੁੰਦੇ ਨੇ ਕਾਦੇ ਦੀਵੇ ਹੁੰਦੇ ਨੇ ਮੇਰੀ ਗੱਲ ਹੋਣ ਦਿੱਤੀ ਮੈਂ ਤੇਰੇ ਦੀਵੇ ਪੈਣ ਦੇ ਆ ਚਾਚੇ ਦਾ ਮੂੰਹ ਵੇਖ ਲੋ ਚਾਚੇ ਦਾ ਮੂੰਹ ਵੇਖ ਲੋ ਮੂੰਹ ਵੇਖ ਲੈ ਜਿਹੜਾ ਸ਼ਹਿਰ ਨਿਕਲੀ ਹੋਵੇ ਕਿਉਂ ਵੇਣਾ ਉਹ ਪੁਰਾਣੇ ਪੁਰਾਣੇ ਦੌਰ ਦੇ ਰੇਡੀ ਕਾਲ ਪਈ ਇਹ ਸਾਰੇ ਜਾਣੇ ਕਿਤੇ ਚਾਚਾ ਕੀ ਟੈਨਸ਼ਨ ਕੋਈ ਕੋਈ ਮਸਲਾ ਕੋਈ ਮਸਲਾ ਕਿਹੜੇ ਦੋਨੇ ਬੇਵਕੂਫਾ ਕਿਹੜੇ ਦੋਨੇ ਬੇਵਕੂਫਾ ਬੋਰੀਆਂ ਰੱਖਦੇ ਤੇਰੇ ਭਲਵਾਨ ਸ਼ਹਿਜ਼ਾਦਾ ਭਲਵਾਨ ਦੀ ਜੋੜ ਹੀ ਕੋਈ ਨੀ ਅੱਛਾ ਜੀ ਭਲਵਾਨ ਦਾ ਵਿਆਹ ਭਲਵਾਨ ਦਾ ਕੀ ਨਹੀਂ ਜੋੜ ਕੋਈ ਨੀ ਕਿਉਂ ਸਾਰੇ ਹਿੱਲੇ ਨੇ ਪੂਰੇ ਪਿੰਡ ਚ ਕਿਸੇ ਦੀ ਜੁਰਤ ਨੀ ਅੱਖ ਚੁੱਕ ਕੇ ਵੇਖੇ ਅੱਛਾ ਪਾਗਲ ਹੈ ਨੰਗਾ ਹੀ ਪਿਆ ਰਹਿੰਦਾ ਭਲਵਾਨ ਸ਼ਹਿਜ਼ਾਦਾ ਭਲਵਾਨ ਨੂੰ ਵੇਖ ਕੇ ਮਰਨਾ ਸੀ ਕਿੰਨੇ ਬੰਦੇ ਨੇ ਅੱਠ ਮੈਂ ਵੀ ਉਹਨਾਂ ਦੇ ਨਾਲ ਹੀ ਮਰਨਾ ਹੀ ਹੋਰ ਭਲਵਾਨ ਸ਼ਹਿਜ਼ਾਦਾ ਭਲਵਾਨ ਤੇਰੇ ਇੰਨੇ ਵਾਲ ਆ ਪਹਿਲੇ ਰਿਛ ਹੁੰਦਾ ਸੀ ਭਲਵਾਨ ਜਹਾਜ਼ ਚ ਬੈਠਾ ਰੋਜ਼ਾ ਬੈਠਾ ਜਹਾਜ਼ ਤੈਨੂੰ ਕੋਈ ਮਸੀਤੇ ਨੀ ਬਹਿਣ ਦਿੰਦਾ ਸਾਲਿਆ ਉਹਦੇ ਨਾਲ ਵੀ ਗੱਲ ਕਰੀ ਨੂੰ ਭੈਣ ਦਾ ਰਿਸ਼ਤਾ ਦਿੱਤਾ ਭਲਵਾਨ ਜਹਾਜ਼ ਚ ਬੈਠਾ ਰੋਜ਼ਾ ਰੱਖ ਕੇ ਤੇ ਉੱਥੇ ਜਾ ਕੇ ਰੋਟੀ ਖਾਣ ਲੱਗ ਗਿਆ ਅੱਛਾ ਬੜਾ ਇੱਕ ਬੰਦਾ ਕਹਿੰਦਾ ਰੋਜ਼ਾ ਹੀ ਕਹਿੰਦਾ ਥੱਲੇ ਆ ਗੈਰ ਬੰਦੇ ਨਾਲ ਗੱਲਾਂ ਕਰਨ ਦੀ ਭਲਵਾਨ ਦੀ ਗੈਰ ਦੇ ਜੋਸ਼ ਮਾਰਿਆ ਉਹਨੂੰ ਕੁਛ ਨੀ ਕਿਹਾ ਮੰਜੀ ਵੇਖਤੀ ਮੈਂ ਭਵਾਨ ਕਾਹਦੇ ਤੇ ਆਇਆ ਕਹਿੰਦਾ ਬਾਈ ਮੈਂ ਕਿਹਾ ਉੱਥੋਂ ਤੇ ਜਹਾਜ਼ ਆਉਂਦਾ ਨੀ ਕਹਿੰਦਾ ਛੱਤ ਤੇ ਬਹਿ ਕੇ ਆਇਆ ਭਲਵਾਨ ਨੇ ਕੁਕੜੀ ਮਾਰਤੀ ਉਹ ਕਿਉਂ ਜੀ ਮੈਂ ਕਿਹਾ ਕਾਹਤੋਂ ਮਾਰੀ ਕਹਿੰਦਾ ਆਂਡਾ ਨਹੀਂ ਦਿੰਦੀ ਮੈਂ ਕਿਹਾ ਟੀਕਾ ਬਦਲ ਕੇ ਵੇਖ ਲਓ ਤੇਰੇ ਦੇ ਬਗੈਰ ਤਾਂ ਉਹਦੇ ਸਾਹਮਣੇ ਦੱਸ ਤਾਂ ਕਿ ਉਹ ਵੀ ਨਾ ਲਵਾਵੇ ਨਾ ਕੋਈ ਚਾਕੂ ਨਾ ਕੋਈ ਖੰਜਰ ਭਲਵਾਨ ਖੰਜਰ ਯਾਰ ਭਲਵਾਨ ਛੱਡ ਦੇ ਮੰਨਿਆ ਤੂੰ ਹੀਰਾ ਮੰਡੀ ਦਾ ਘਰੇਲੂ ਬੱਚਾ ਛੱਡ ਦੇ ਅੱਛਾ ਤੇਰੇ ਵਾਲ ਐਵੇਂ ਨਾ ਉੱਡੇ ਤੇਰਾ ਧਿਆਨ ਹੈਗਾ ਸੀ ਕੰਧ ਚ ਵੱਜ ਵੱਜ ਉੱਡੇ
ਭਲਵਾਨ ਸ਼ਦਾ ਭਲਵਾਨ ਪਰਸੋਂ ਆਪਣਾ ਮਲੱਪ ਵੇਖ ਕੇ ਪੀਣ ਨੂੰ ਜਾਣ ਲੱਗ ਗਿਆ। ਹੁਣ ਕਿੱਥੇ ਵੇ ਹੁਣ ਕਿੱਥੇ ਵੇ ਉਹ ਖੜਾ ਪਰੇ ਮੈਂ ਤੇਰਾ ਮਲਾਪਾ ਤਰੀਕ ਰਾਤੀ ਘੁੱਟ ਕੇ ਕਿਉਂ ਫੜੇ ਅਸੀਂ ਮੈਂ ਚੱਲੀ ਆ ਗੁਲਾਬ ਥੀ ਗਿਆ ਤੇ ਨਹਿਰਾਂ ਦਾ ਪਾਣੀ ਸ਼ਰਾਬ ਥੀ ਗਿਆ ਅੱਗ ਦਾ ਬੂਟਾ ਗੁਲਾਬ ਥੀ ਗਿਆ ਤੇ ਨਹਿਰਾਂ ਦਾ ਪਾਣੀ ਸ਼ਰਾਬ ਥੀ ਗਿਆ ਜਦੋਂ ਦੀ ਕਾਟਨ ਹੋਈ ਸਸਤੀ ਇਹ ਕੁੱਤੇ ਦਾ ਬੱਚਾ ਨਵਾਬ ਥੀ ਕੁੱਤੇ ਦਾ ਬੱਚਾ ਨਵਾਬ ਦੀ ਗਿਆ ਤੈਨੂੰ ਗਿਆ ਹੀ ਮਹਿਸੂਸ ਤੂੰ ਕਰ